ਸਟੀਰੀਓ ਮਸ਼ੀਨ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਦੇਖਾਂਗੇ ਕਿ ਇਹ ਇੱਕ ਤਰ੍ਹਾਂ ਦੀ ਇੰਜੀਨੀਅਰਿੰਗ ਹੀ ਹੈ, ਫਿਜਿਕਸ ਦੀ ਇੱਕ ਐਕਸਪੈਂਸ਼ਨ ਹੈ ਇਹ, ਜਿਹਦੇ ਵਿੱਚ ਅਸੀਂ ਮਸ਼ੀਨ ਦੇ ਵਿੱਚ ਜੋ ਲੱਗੇ ਪੁਰਜੇ ਨੇ ਉਹਨਾਂ ਦਾ ਆਪਸੀ ਮੋਸ਼ਨ ਕੀ ਆ, ਜਾਂ ਮੋਸ਼ਨ ਅਤੇ ਫੋਰਸ ਕਿਹੜਾ ਕਿਹੜਾ ਲੱਗ ਰਿਹਾ ਉਹਨਾਂ 'ਤੇ, ਇਹ ਸਭ ਕਾਸੇ ਨੂੰ ਜੇ ਸਟੱਡੀ ਕਰਨਾ ਹੋਵੇ ਤਾਂ ਅਸੀਂ ਥਿਊਰੀ ਆਫ ਮਸ਼ੀਨ ਦੇ ਟੋਪਿਕ ਦੇ ਅੰਡਰ ਡੀਲ ਕਰਦੇ ਹਾਂ। ਜੇਕਰ ਇਕੱਲੇ ਮੋਸ਼ਨ ਨੂੰ ਕੰਸਿਡਰ ਕਰੀਏ ਤਾਂ ਉਹਨੂੰ ਅਸੀਂ ਕਾਇਨਮੈਟਿਕਸ ਕਹਿੰਦੇ ਹਾਂ। ਜੇ ਅਸੀਂ ਫੋਰਸਿਸ ਨੂੰ ਵੀ ਕੰਸਿਡਰ ਕਰੀਏ ਮਸ਼ੀਨ ਦੇ ਵਿੱਚ ਤਾਂ ਉਹਨੂੰ ਡਾਇਨਮਿਕਸ ਕਹਿੰਦੇ ਹਾਂ। ਜੇ ਉਹ ਫੋਰਸਿਸ ਖੜੀਆਂ ਚੀਜ਼ਾਂ 'ਤੇ ਲੱਗਦੇ, ਜਿਵੇਂ ਫਰੇਮ ਹੈ, ਸਟਰਕਚਰ ਹੈ, ਉਹਨੂੰ ਸਟੈਟਿਕਸ ਕਹਿੰਦੇ, ਅਤੇ ਜਿਹੜੇ ਫੋਰਸਿਸ ਚੱਲਦੇ ਹੋਏ ਪੁਰਜਾਂ 'ਤੇ ਲੱਗਦੇ ਆ ਉਹਨਾਂ ਨੂੰ ਅਸੀਂ ਕਾਇਨੈਟਿਕਸ ਕਹਿੰਦੇ ਹਾਂ। ਜਿਵੇਂ ਪੁਲੀ ਚੱਲ ਰਹੀ ਆ, ਫਲਾਈ ਵੀਲ ਚੱਲ ਰਿਹਾ, ਗੇਅਰ ਚੱਲ ਰਿਹਾ, ਪੁਲੀ ਮਸ਼ੀਨ ਬਣਾਉਣ ਦੇ ਲਈ ਜੋ ਸਾਨੂੰ ਮੇਨ ਚੀਜ਼ ਚਾਹੀਦੀ ਆ, ਕੋਈ ਵੀ ਛੋਟੇ ਤੋਂ ਛੋਟਾ ਪੁਰਜਾ, ਉਹਦੀਆਂ ਕੁਝ ਖਾਸ ਕੁਆਲਿਟੀਆਂ ਹੋਣ ਕਿ ਜਿੰਨਾ ਫੋਰਸ ਉਹਨੂੰ ਦਈਏ ਉਹਨਾਂ ਅੱਗੇ ਟ੍ਰਾਂਸਫਰ ਕਰ ਸਕੇ, ਤਾਂ ਅਸੀਂ ਉਹਨੂੰ ਰਿਜਿਡ ਬੋਡੀ ਕਹਿੰਦੇ ਹਾਂ। ਜੇਕਰ ਉਹ ਮਾੜੀ ਮੋਟੀ ਸ਼ੇਪ 'ਚ ਚੇਂਜ ਹੋ ਜਾਂਦੀ ਹੈ ਪਰ ਟੁਕਮਾ ਫੋਰਸ ਅੱਗੇ ਟ੍ਰਾਂਸਫਰ ਕਰ ਸਕਦੀ ਹੈ ਤਾਂ ਉਹਨੂੰ ਰਜਿਸਟੈਂਟ ਬੋਡੀ ਕਹਿੰਦੇ ਹਾਂ। ਹਰ ਮਸ਼ੀਨ ਦਾ ਛੋਟੇ ਤੋਂ ਛੋਟੇ ਪੁਰਜਾ ਇਸ ਕੰਸੀਡਰੇਸ਼ਨ ਨੂੰ ਲੈ ਕੇ ਬਣਾਇਆ ਗਿਆ ਹੋਵੇਗਾ। ਹੁਣ ਛੋਟੇ ਤੋਂ ਛੋਟੇ ਪੁਰਜਾ ਕਿਹਨੂੰ ਕਹਿਣਾ, ਜਿਹੜੇ ਇੱਕ ਜਾਂ ਇੱਕ ਤੋਂ ਵੱਧ ਅਲੱਗ ਅਲੱਗ ਮੈਨੂਫੈਕਚਰਡ ਪਾਰਟ ਨੂੰ ਬਣਾ ਕੇ ਅਸੀਂ ਇਸ ਤਰ੍ਹਾਂ ਫਿੱਟ ਕੀਤਾ ਕਿ ਉਹਦਾ ਕਿਸੇ ਦੂਸਰੇ ਦੇ ਨਾਲ ਕੋਈ ਰੈਲੇਟਿਵ ਮੋਸ਼ਨ ਹੈ, ਉਹਨੂੰ ਅਸੀਂ ਮਸ਼ੀਨ ਦਾ ਪਾਰਟ, ਲਿੰਕ, ਐਲੀਮੈਂਟ ਜਾਂ ਕਾਇਨਮੈਟਿਕ ਲਿੰਕ ਕਹਿੰਦੇ ਹਾਂ। ਜਦੋਂ ਇਹ ਇੱਕ ਬਣਾ ਲਿਆ ਤਾਂ ਇਹਨੂੰ ਦੂਜੇ ਨਾਲ ਜੋੜਨਾ ਵੀ ਪਊਗਾ, ਇਹ ਜੋੜਨ ਦੀ ਪ੍ਰਕਿਰਿਆ ਨੂੰ ਅਸੀਂ ਕਾਇਨਮੈਟਿਕ ਪੇਅਰ ਕਹਿੰਦੇ ਹਾਂ। ਇਹ ਪੇਅਰ ਕਈ ਤਰ੍ਹਾਂ ਦੇ ਨੇ, ਲੋਅਰ ਪੇਅਰ, ਹਾਇਰ ਪੇਅਰ, ਕਲੋਜ਼ਡ ਪੇਅਰ, ਅਨਕਲੋਜ਼ਡ ਪੇਅਰ, ਰੋਲਿੰਗ ਪੇਅਰ, ਸਲਾਈਡਿੰਗ ਪੇਅਰ, ਟਰਨਿੰਗ ਪੇਅਰ, ਸਕਰੂ ਪੇਅਰ, ਸਫੈਰੀਕਲ ਪੇਅਰ, ਕਿ ਜਿੱਦਾਂ ਦੀ ਉਹਨਾਂ ਦੀ ਕਨਫਿਗਰੇਸ਼ਨ ਹੈ ਉਸ ਹਿਸਾਬ ਨਾਲ ਉਹਨਾਂ ਦੇ ਅਸੀਂ ਨਾਮ ਰੱਖੇ ਗਏ ਨੇ। ਆਪਾਂ ਮਸ਼ੀਨ 'ਚ ਕਿਹੜਾ ਪੁਰਜਾ ਵਰਤਣਾ ਉਹਦੀਆਂ ਕੁਆਲਿਟੀਆਂ ਦੇ ਹਿਸਾਬ ਨਾਲ, ਜਿਵੇਂ ਕਿ ਲੋਅਰ ਪੇਅਰ ਦਾ ਮਤਲਬ ਹੈ ਕਿ ਜਿੱਥੇ ਸਰਫੇਸ ਦਾ ਆਪਸ ਵਿੱਚ ਕੰਟੈਕਟ ਹੁੰਦਾ, ਔਰ ਹਾਇਰ ਪੇਅਰ ਦਾ ਮਤਲਬ ਹੈ ਜਿੱਥੇ ਲਾਈਨ ਜਾਂ ਪੁਆਇੰਟ ਦਾ ਦੋ ਪਾਰਟਸ ਦਾ ਕੰਟੈਕਟ ਹੁੰਦਾ। ਹੁਣ ਜੇਕਰ ਸਾਨੂੰ ਬੇਅਰ ਐਂਡ ਟੀਅਰ ਬਹੁਤ ਇੰਪੋਰਟੈਂਟ ਆ, ਜਾਂ ਦੂਜੇ ਪਾਸੇ ਨੂੰ ਫ੍ਰਿਕਸ਼ਨ ਬਹੁਤ ਇੰਪੋਰਟੈਂਟ ਆ, ਉਹ ਦੋਨਾਂ ਦਾ ਅਸੀਂ ਲੇਖਾ ਜੋਖਾ ਕਰਕੇ ਕਿਸੇ ਜਗ੍ਹਾ 'ਤੇ ਜਾਂ ਲੋਅਰ ਪੇਅਰ ਲਵਾਂਗੇ ਜਾਂ ਅਸੀਂ ਹਾਇਰ ਪੇਅਰ ਲਵਾਂਗੇ। ਜਦੋਂ ਪੇਅਰ ਬਣਾ ਲਏ ਤਾਂ ਇਹ ਵੀ ਗਾਹਾਂ ਦੋ ਤਿੰਨ ਕਿਸਮਾਂ ਦੇ, ਕਲੋਜ਼ਡ ਪੇਅਰ, ਅਨਕਲੋਜ਼ਡ ਪੇਅਰ, ਸਲਾਈਡਿੰਗ ਪੇਅਰ, ਟਰਨਿੰਗ ਪੇਅਰ, ਸਕਰੀਨ ਪੇਅਰ, ਸਪੈਰੀਕਲ ਪੇਅਰ, ਕਿ ਜਿਹੜਾ ਇਹ ਕੰਬੀਨੇਸ਼ਨ ਬਣਿਆ ਇਹ ਕਿਸ ਤਰ੍ਹਾਂ ਦਾ ਮੋਸ਼ਨ ਦਿੰਦਾ, ਕਿ ਇਹ ਆਪਣੇ ਆਪ ਵਿੱਚ ਸੈਲਫ ਸਫੀਸ਼ੀਐਂਟ ਹੈ ਜਾਂ ਕੋਈ ਐਡੀਸ਼ਨਲ ਪੁਰਜੇ ਲਾਉਣੇ ਪੈਂਦੇ ਨੇ, ਕਿ ਇਹ ਗੋਲ ਘੁੰਮ ਘੁੰਮ ਕੇ ਸਾਡਾ ਕੰਮ ਅੱਗੇ ਤਿਆਰ ਦੇ ਰਿਹਾ, ਜਾਂ ਇਹ ਨਟ ਬੋਲਟ ਵਾਂਗੂ ਕੱਸ ਕੇ ਅੱਗੇ ਸਾਡਾ ਪਰਪਸ ਫੁਲਫਿਲ ਕਰ ਰਿਹਾ, ਜਾਂ ਇੱਕ ਗੇਂਦ ਦੀ ਤਰ੍ਹਾਂ ਘੁੰਮ ਕੇ ਸਾਡਾ ਪਰਪਸ ਫੁਲਫਿਲ ਕਰ ਰਿਹਾ, ਜਿਵੇਂ ਕਿ ਪੈਨ ਸਟੈਂਡ ਹੁੰਦਾ, ਉਸ ਹਿਸਾਬ ਨਾਲ ਇਹ ਕਾਇਨਮੈਟਿਕ ਪੇਅਰਸ ਹੁਣ ਤੱਕ ਬਣਾਏ ਅਤੇ ਵਰਤੇ ਨੇ। ਕਾਇਨਮੈਟਿਕ ਲਿੰਕ ਜੁੜ ਕੇ ਕਾਇਨਮੈਟਿਕ ਪੇਅਰ ਬਣ ਗਿਆ, ਪੇਅਰ ਜੁੜ ਕੇ ਚੇਨ ਬਣ ਗਈ, ਚੇਨ ਦੇ ਵਿੱਚ ਇੱਕ ਕਿਸੇ ਪਾਰਟ ਨੂੰ ਫਿਕਸ ਕਰ ਦਈਏ, ਗਰਾਊਂਡ ਕਰ ਦਈਏ, ਅਰਥ ਕਰ ਦਈਏ, ਉਹਨੂੰ ਫਰੇਮ ਮੰਨ ਲਈਏ, ਤਾਂ ਉਹ ਜੋ ਸਿਸਟਮ ਬਣਿਆ ਉਹਨੂੰ ਅਸੀਂ ਮੈਕੇਨਿਜ਼ਮ ਕਹਿੰਦੇ ਹਾਂ। ਮੈਕੇਨਿਜ਼ਮ ਦੇ ਹਿਸਾਬ ਦੇ ਨਾਲ ਫੋਰ ਬਾਰ ਚੇਨ, ਸਿੰਗਲ ਸਲਾਈਡਰ ਕਨੈਕ ਚੇਨ ਅਤੇ ਡਬਲ ਸਲਾਈਡਰ ਕਨੈਕ ਚੇਨ, ਇਹ ਤਿੰਨਾਂ ਗਰੁੱਪਾਂ ਦੇ ਵਿੱਚ ਦੁਨੀਆ ਭਰ ਦੀਆਂ ਮਸ਼ੀਨਾਂ ਕਵਰ ਹੋ ਜਾਂਦੀਆਂ ਨੇ। ਫੋਰ ਬਾਰ ਚੇਨ ਦੇ ਵਿੱਚ ਹੈ ਕਪਲ ਲੋਕੋਮੋਟਿਵ ਵੀਲਸ, ਬੀਮ ਇੰਜਨ, ਪੈਂਟਾਗ੍ਰਾਫ, ਬਾਟ ਮੈਕੇਨਿਜ਼ਮ, ਐਕਰੀਮੈਂਟ ਸਟੀਅਰਿੰਗ, ਅਤੇ ਜਿਹੜਾ ਸਿੰਗਲ ਸਲਾਈਡਰ ਕਰੈਂਕ ਚੇਨ ਹੈ ਉਹਦੇ 'ਚ ਪੈਂਡੂਲਮ ਪੰਪ, ਆਕਸੀਡੇਟਿੰਗ ਸਿਲੰਡਰ ਇੰਜਨ, ਕਰੈਂਕ ਐਂਡ ਸਲੋਟਡ ਲੀਵਰ ਮੈਕੇਨਿਜ਼ਮ, ਕਿਊਕਰੇਟਰਨ ਮੋਸ਼ਨ ਮੈਕੇਨਿਜ਼ਮ, ਬਿਟ ਵਰਥ ਕਿਊਕਰੇਟਰਨ ਮੋਸ਼ਨ ਮੈਕੇਨਿਜ਼ਮ, ਰੋਟਰੀ ਆਈ ਸੀ ਇੰਜਨ ਔਰ ਗਰੋਮ ਇੰਜਨ। ਇੰਨਾ ਕੁਛ ਸਮਝ ਕੇ ਅਸੀਂ
ਥਿਊਰੀ ਮਸ਼ੀਨ ਕੀ ਹੈ ਇਹਦਾ ਇੱਕ ਹਲਕਾ ਜਿਹਾ ਕਨਸੈਪਟ ਅੱਜ ਬਣਾ ਸਕਦੇ ਹਾਂ ਐਂਡ ਹੇਅਰ ਐਂਡਸ ਅਵਰ ਇੰਟਰੋਡਕਸ਼ਨ ਟੂ ਥਿਊਰੀ ਮਸ਼ੀਨ ਟੋਪਿਕ।